बिस्मिल्लाहिर्रहमानिर्रहीम या कनाबुदो भैया कनस्तेन अस्सलाम वालेकुम। उम्मीद करना तुम सारे ठीक होवोगे। असी अज गड्डी सेल की अलहमदुलिल्लाह होंडा स्विक ते जिहड़े अपने कस्टमर नूं असी गड्डी वेची असी उन्हां दे तासरा जिहड़े ने तुहाडे नाल शेयर करांगे कि साडे नाल डील करके उन्हां नूं कैसा लगा साडी डील ते ओह मुतमिन ने या नहीं मुतमिन। जी अब्दुल्ला भाई साडे नाल गड्डी तुसीं साडे कोल अलहमदुलिल्लाह जी मार्केट दे नाल लो सानूं तकरीबन 1.5 लाख रुपए सस्ती गड्डी मिली है। अलहमदुलिल्लाह बड़ा मजा आया डील करके। अल्लाह ਤੁਹਾਡੇ ਕਾਰੋਬਾਰ 'ਚ ਬਰਕਤ ਪਾਏ ਤੇ ਅੱਲਾ ਸਾਡੇ ਨਸੀਬ ਚੰਗੇ ਕਰੇ। ਅਸੀਂ ਅਲਹਮਦੁਲਿਲਾ ਫਿਰ ਕੋਈ ਵੀ ਕਸਟਮਰ ਆਏ ਅਲਹਮਦੁਲਿਲਾ ਅਸੀਂ ਆਜੇ ਮੋੜ ਤੇ ਇਨਸ਼ਾਅੱਲਾ ਨਾ ਫਿਰ ਦੁਬਾਰਾ ਤਸ਼ਰੀਫ ਲੈ ਕੇ ਆਵਾਂਗੇ। ਤੇ ਤੁਸੀਂ ਕੀ ਸਮਝਦੇ ਹੋ ਜਿਹੜੀ ਡੀਲ ਕੀਤੀ ਹੈ ਬਿਲਕੁਲ ਫੇਅਰ ਕੀਤੀ ਹੈ ਤੁਹਾਡੇ ਸਾਹਮਣੇ ਕੀਤੀ ਹੈ ਕੋਈ ਟਾਪ ਕੋਈ ਟੋਕਾ ਇੱਕ ਬੰਦੇ ਨੂੰ ਉਧਰ ਲੈ ਜਾਏ ਇੱਕ ਨੂੰ ਉਧਰ ਉਹ ਵਾਲੀ ਗੱਲ ਤੇ ਨਹੀਂ ਹੋਈ? ਨਹੀਂ ਅਲਹਮਦੁਲਿਲਾ ਬਹੁਤ ਮਜ਼ਾ ਆਇਆ ਡੀਲ ਦਾ। ਅਲਹਮਦੁਲਿਲਾ ਜਿਸ ਤਰ੍ਹਾਂ ਡੀਲ ਹੋਈ ਹੈ ਆਜੇ ਮੋੜ ਤੇ ਘੱਟ ਸ਼ੋਰੂਮਾਂ ਤੇ ਇੰਜਨ ਨਾਲ ਫੇਅਰ ਡੀਲ ਹੁੰਦੀ ਹੈ ਨਹੀਂ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਉਹਨਾਂ ਲੋਕ ਵਿੱਚ ਆਪਣਾ ਰੱਖ ਕੇ ਮਾਰਜਨ ਤੇ ਫੇਰ ਦਿੰਦੇ ਨੇ ਤੇ ਅਲਹਮਦੁਲਿਲਾ ਅਸੀਂ ਬੜੇ ਮੁਤਮਿਨ ਆ ਕਿ ਅਲਹਮਦੁਲਿਲਾ ਨੂੰ ਅੱਛੀ ਗੱਡੀ ਮਿਲੀ। ਮੈਂ ਇੱਕ ਤੁਹਾਡੇ ਕੋਲ ਹੋਰ ਸਵਾਲ ਕਰਨਾ ਚਾਹੁੰਦਾ। ਮੇਰਾ ਤਾਂ ਸ਼ੁਰੂ ਪਹਿਲੇ ਕਰਾਚੀ ਸੀ ਸਿਆਲਕੋਟ ਆਇਆ ਮੈਨੂੰ ਕੋਈ 2 ਸਾਲ ਹੋਇਆ ਹੈ। ਇੱਥੇ ਦੇ ਲੋਕ ਸ਼ੋਰੂਮ ਤੋਂ ਅਵਾਇਡ ਕਿਉਂ ਕਰਦੇ ਨੇ? ਕੋਈ ਕਹਿੰਦਾ ਯਾਰ ਉਹ ਗੱਡੀ ਲਾਇਆ ਘੰਟਾ ਘਰ, ਕੋਈ ਕਹਿੰਦਾ ਗ੍ਰੇਸ ਮਾਰੀ ਕਿਉਂ ਲਾਇਆ ਫਲਾਣੇ ਪੰਪ ਤੇ ਲਾਇਆ। ਕਰਾਚੀ ਲੋਕ ਸ਼ੋਰੂਮ ਨੂੰ ਪ੍ਰੈਫਰ ਕਰਦੇ ਨੇ, ਸ਼ੋਰੂਮ ਪ੍ਰੋਪਰ ਇੱਕ ਅਦਾਰਾ ਹੈ, ਲੋਕ ਸ਼ੋਰੂਮ ਤੋਂ ਗੱਡੀ ਲੈਂਦੇ। ਇੱਥੇ ਲੋਕ ਕਿਉਂ ਆਉਂਦੇ ਨੇ ਜੀ ਬਾਹਰ ਲਾਇਆ ਉਹ ਗੱਡੀ? ਜੀ ਉਹ ਤੇ ਬਹੁਤਾ ਤੇ ਲੋਕ ਜਿਹੜੇ ਸਾਡੇ ਦੋਸਤ ਮਕੈਨਿਕ ਇਲੈਕਟ੍ਰੀਸ਼ਨ ਦੋਸਤ ਨੇ ਨਾ ਪੈਂਟਰ, ਉਹਨਾਂ ਨੇ ਬਹੁਤਾ ਨਾ ਸ਼ੋਰੂਮ ਵਾਲਿਆਂ ਨੂੰ ਨਾ ਇਮੇਜ ਗੰਦਾ ਕੀਤਾ। ਉੱਤੋਂ ਕਸਟਮਰ ਜਿਹੜੇ ਨਹੀਂ ਹੈ ਨਾ ਉਹ ਨਾਲਜ ਰੱਖਦੇ, ਉਹ ਆਪਣਾ 10-20 ਹਜ਼ਾਰ ਬਚਾਉਣ ਵਾਸਤੇ ਸੈਰ ਤੇ ਟੁੱਟ ਜਾਂਦੇ ਨੇ ਕਿ 10-20 ਹਜ਼ਾਰ ਰੁਪਇਆ ਸਾਡੀ ਕਮਿਸ਼ਨ ਬਚ ਜਾਏਗੀ। ਅਲਹਮਦੁਲਿਲਾ ਸ਼ੋਰੂਮ ਤੋਂ ਗੱਡੀ ਲੈਣ ਦੇ ਨਾਲ ਸ਼ੋਰੂਮ ਜ਼ਿੰਮੇਦਾਰ ਹੈ ਇਸ ਚੀਜ਼ ਦਾ। ਅੱਲਾ ਨਾ ਕਰੇ ਕੋ ਕੱਲ੍ਹ ਨੂੰ ਪਰੇਸ਼ਾਨੀ ਹੋਏ, ਡਾਕੂਮੈਂਟ ਦੀ ਜਾਂ ਗੱਡੀ ਦੀ, ਅਦਾਰਾ ਹੈ ਅਦਾਰਾ ਇਸ ਚੀਜ਼ ਦਾ ਜ਼ਿੰਮੇਦਾਰ ਹੁੰਦਾ ਹੈ। ਅਲਹਮਦੁਲਿਲਾ ਮੈਂ ਤਾਂ ਹਰ ਇੱਕ ਨੂੰ ਦੋਸਤ ਨੂੰ ਕਹਾਂਗਾ ਕਿ ਕੋਈ ਵੀ ਗੱਡੀ ਲੈਣੀ 10-20 ਹਜ਼ਾਰ ਰੁਪਇਆ ਨਾ ਵੇਖਣ। ਅਲਹਮਦੁਲਿਲਾ ਜਿੱਥੋਂ ਵੀ ਲੈਣੀ ਗੱਡੀ ਲੈਓ, ਕਿਸੇ ਸ਼ੋਰੂਮ ਤੋਂ ਲੈਣ, ਤਾਂ ਕਿ ਕੋਈ ਪਰੇਸ਼ਾਨੀ ਹੋਏ ਉਸ ਜ਼ਿੰਮੇਵਾਰੀ ਸ਼ੋਰੂਮ ਵਾਲੇ ਦੀ ਹੁੰਦੀ ਹੈ। ਤੇ ਬਾਕੀ 10-20 ਹਜ਼ਾਰ ਰੁਪਏ ਵਾਸਤੇ ਗੱਡੀ ਮਹਿੰਗੀ ਨਹੀਂ ਹੁੰਦੀ, ਸ਼ੋਰੂਮ ਨੂੰ ਪ੍ਰੈਫਰ ਕਰਨਾ ਚਾਹੀਦਾ। ਜਦੋਂ ਵੀ ਗੱਡੀ ਲਓ ਸ਼ੋਰੂਮ ਤੋਂ ਲਓ। ਲਓ ਜੀ ਅਬਦੁੱਲਾ ਭਾਈ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਨਾਲ ਗੱਲ ਕਰਕੇ ਮਜ਼ਾ ਆਇਆ ਵੇ ਔਰ ਤੁਹਾਡੀ ਗੁਫ਼ਤਗੂ ਦਾ ਮੇਰਾ ਖਿਆਲ ਹੈ ਜਿਹੜੇ ਸਾਡੇ ਵੀਵਰਸ ਨੇ ਵੇਖਣ ਵਾਲੇ ਨੇ ਉਹ ਇਹਦੇ ਤੋਂ ਫਾਇਦਾ ਹਾਸਲ ਕਰਨਗੇ, ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਲੈਣੀ ਇੱਕ ਅਥੈਂਟਿਕ ਅਦਾਰੇ ਕੋਲੋਂ ਲਵੋ। ਇੱਕ ਰਾਹ ਚੱਲਦੇ ਬੰਦੇ ਨਾਲ ਤੁਸੀਂ ਡੀਲ ਕਰਦੇ ਹੋ, ਉਹ ਆਪਣੇ ਪੈਸੇ ਕਮਾ ਕੇ ਚਲਾ ਜਾਂਦਾ ਹੈ, ਕੱਲ੍ਹ ਨੂੰ ਤੁਹਾਨੂੰ ਕੋਈ ਮਸਲਾ ਆਉਂਦਾ ਤੁਹਾਡੀ ਕਿਸੇ ਚੀਜ਼ ਦਾ ਜ਼ਿੰਮੇਦਾਰ ਨਹੀਂ ਹੁੰਦਾ। ਤੇ ਜਿਵੇਂ ਅਬਦੁੱਲਾ ਭਾਈ ਨੇ ਕਿਹਾ ਇਸੇ ਤਰ੍ਹਾਂ ਹੀ ਗੱਲ ਹੈ ਕਿ ਤੁਸੀਂ 10-20 ਹਜ਼ਾਰ ਤੇ ਬਚਾ ਲੈਂਦੇ ਹੋ ਮੌਕੇ ਤੇ, ਲੇਕਿਨ ਜਦੋਂ ਤੁਹਾਨੂੰ ਕੋਈ ਫੱਡਾ ਪੈਂਦਾ ਫਿਰ ਤੁਹਾਡੇ ਲੱਖਾਂ ਰੁਪਏ ਜ਼ਾਇਆ ਹੁੰਦੇ ਨੇ। ਤੇ ਲਿਹਾਜ਼ਾ ਜਦੋਂ ਵੀ ਜਿੱਥੋਂ ਵੀ ਗੱਡੀ ਲਓ ਅਸੀਂ ਨਹੀਂ ਕਹਿੰਦੇ ਸਾਡੇ ਕੋਲੋਂ, ਕਿਸੇ ਵੀ ਅਥੈਂਟਿਕ ਅਦਾਰਿਆਂ ਨਾਲ ਤੁਸੀਂ ਜਿਹੜੀ ਡੀਲ ਕਰੋ ਤਾਂ ਕਿ ਅਦਾਰਾ ਜ਼ਿੰਮੇਦਾਰ ਹੁੰਦਾ ਹਰ ਚੀਜ਼ ਦਾ। ਇਨਸ਼ਾਅੱਲਾ ਤਾਲਾ ਇਹਨਾਂ ਨੂੰ ਗੱਡੀ ਦਿੱਤੀ ਹੈ, ਅੱਲਾਹ ਤਾਲਾ ਇਹਨਾਂ ਦੇ ਨਸੀਬ ਅੱਛੇ ਕਰੇ, ਇਸ ਗੱਡੀ ਤੇ ਜਿੰਨਾ ਵੀ ਸਫ਼ਰ ਹੈ ਕਰਨਾ ਅੱਲਾਹ ਤਾਲਾ ਉਹ ਸਫ਼ਰ ਮੁਬਾਰਕ ਕਰੇ ਔਰ ਅੱਲਾਹ ਤਾਲਾ ਇਹਨਾਂ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਤੇ ਮਿਲਦੇ ਹਾਂ ਤੁਹਾਡੇ ਨਾਲ ਨੈਕਸਟ ਵੀਡੀਓ 'ਚ, ਤੇ ਸਾਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼। ਬਸ ਹੋਰ ਬਹਿ ਰਿਹਾ ਦਾ ਠੀਕ ਹੈ ਜਿੰਨਾ ਸਫ਼ਰ ਕਰੋ ਤੁਸੀਂ ਅੱਲਾਹ ਤਾਲਾ ਤੁਹਾਡਾ ਆਪਣੇ ਮਾਚ ਰੱਖੇ। ਤੇ ਰਜਬ ਸਾਹਿਬ ਨੂੰ ਲਵੋ ਇਜਾਜ਼ਤ ਤੇ ਸਾਥੀਆਂ ਨੂੰ ਜਾਣਦੇ ਹੋ ਕਿ ਹਨੇਰਾ ਹੋ ਗਿਆ ਬੜਾ ਤੇ ਤੁਸੀਂ ਵੀ ਆਪਣਾ ਮਾਲ ਲੈ ਲਿਆ ਨਾ। ਹਾਂਜੀ ਤੁਹਾਡਾ ਜੀ ਓਕੇ। ਮਾਸ਼ਾਅੱਲਾ ਮੁਬਾਰਕ ਹੈ ਬੜੀ ਮੁਬਾਰਕ।